lies of immoral father and son and crazy adulterous old man anaitik pyo te puttar de jhooth ate pagal janakar budda aadmi jadon paap khula da khulasa hunda hai bahut sare lok chunjla jande han je oh ho jande han oh tanu maar denge ਪਰ ਪਰਮੇਸ਼ਰ ਇਦਾਂ ਹੀ ਚਾਹੁੰਦਾ ਹੈ ਜਿੱਦਾਂ ਨਬੀ ਗਿਆ ਤੇ ਰਾਜੇ ਨਾਲ ਗੱਲ ਕੀਤੀ ਤੇ ਉਹਨੂੰ ਕਿਹਾ ਤੂੰ ਉਹ ਆਦਮੀ ਹੈ ਉਹ ਆਪਣੇ ਜੀਵਨ ਲਈ ਡਰਦਾ ਨਹੀਂ ਸੀ ਇਸ ਕਿਸਮ ਦੇ ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ ਉੱਥੇ 8 ਅਰਬ ਲੋਕ ਹਨ 8 ਅਰਬ ਪਾਪੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਤੇ ਇਹ ਆਦਮੀ ਇੱਕ ਮੂਰਤੀ ਪੂਜਕ ਨਾਲੋਂ ਵੀ ਬੁਰਾ ਹੈ ਉਹ ਇੱਕ ਗੰਦਾ ਆਦਮੀ ਸੀ ਜਵਾਨੀ ਤੋਂ ਹੀ ਇੱਕ ਗੰਦਾ ਆਦਮੀ ਰਿਹਾ ਹੈ ਉਸ ਦਾ ਪਿਤਾ ਤੇ ਉਸ ਦੇ ਭਰਾ ਕੀ ਤੁਹਾਨੂੰ ਉਹ ਯਾਦ ਹਨ ਤੁਹਾਨੂੰ ਜ਼ਰੂਰ ਉਹ ਯਾਦ ਹੋਣਗੇ ਤੇ ਉਹ ਸੋਚਦੇ ਹਨ ਕਿ ਉਹ ਮਹਾਨ ਹਨ ਅਫਸਰਾਂ ਦਾ ਵਿਰੋਧ ਕਰ ਰਹੇ ਹਨ ਮੇਰਾ ਵਿਰੋਧ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਮੈਂ ਹੁਣ ਬੁੱਢਾ ਹੋ ਗਿਆ ਹਾਂ ਤੇ ਮੈਂ ਚਰਚ ਨੂੰ ਚਲਾ ਨਹੀਂ ਸਕਦਾ ਤੇ ਮੇਰੇ ਮੁੰਡੇ ਹਾਵੀ ਹੋ ਰਹੇ ਹਨ ਤੇ ਨੌਜਵਾਨ ਸੇਵਾਦਾਰ ਹਾਵੀ ਹੋ ਰਹੇ ਹਨ ਤੁਸੀਂ ਝੂਠ ਬੋਲ ਰਹੇ ਹੋ ਤੂੰ ਉਹੀ ਆਦਮੀ ਹੈ ਜਿਨੇ ਟੋਬੈਗੋ ਵਿੱਚ ਮਿਸਬੀਹੇਵ ਕੀਤਾ ਸੀ ਤੇ ਤੂੰ ਉਹੀ ਆਤਮਾ ਇੱਥੇ ਆਸ-ਪਾਸ ਲਿਆਇਆ ਅਸੀਂ ਜਾਣਦੇ ਸੀ ਕਿ ਤੇਰੇ ਨਾਲ ਦਿਮਾਗੀ ਰੂਪ ਵਿੱਚ ਆਤਮਿਕ ਰੂਪ ਵਿੱਚ ਸਰੀਰਕ ਰੂਪ ਵਿੱਚ ਕੁਝ ਗੜਬੜ ਹੈ ਤੇ ਤੂੰ ਜਵਾਨੀ ਤੋਂ ਹੀ ਇਦਾਂ ਦਾ ਜੀਵਨ ਗੁਜ਼ਾਰ ਰਿਹਾ ਸੀ ਤੇ ਤੂੰ ਉਹਦੇ ਵਿੱਚ ਵੱਡਾ ਹੋਇਆ ਹਾਂ ਤੂੰ ਉਹਦੇ ਵਿੱਚ ਵੱਡਾ ਹੋਇਆ ਤੂੰ ਕੰਮ ਤੇ ਗਿਆ ਇਹ ਹਰਾਮਕਾਰੀ ਸੀ ਤੂੰ ਔਰਤਾਂ ਚਾਹੁੰਦਾ ਸੀ ਜਿਹੜੀਆਂ ਤੈਨੂੰ ਚੂਸਣ ਤੂੰ ਇੱਕ ਗੰਦਾ ਕਟਿਆ ਆਦਮੀ ਹੈ ਇਹ ਤੇਰਾ ਜੀਵਨ ਹੈ ਤੂੰ ਕੋਈ ਚੰਗਾ ਨਹੀਂ ਹੈ ਤੇ ਤੂੰ ਉਜਾਗਰ ਹੋ ਜਾਵੇਂਗਾ ਜਿੱਥੇ ਕਿਤੇ ਵੀ ਤੂੰ ਹੈ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹਨਾਂ ਨੇ ਇੱਕ ਮਹਾਨ ਜਾਨ ਨੂੰ ਜਿੱਤਿਆ ਹੈ ਪਰ ਉਹ ਉਹੀ ਕੰਮ ਛੁਪ ਕੇ ਕਰ ਰਹੇ ਹਨ ਠੀਕ ਉਹਨਾਂ ਦੇ ਥੱਲੇ ਤੇ ਉਹ ਵੱਡਾ ਆਦਮੀ ਜਿਹੜਾ ਤੁਹਾਡੇ ਨਾਲ ਗਿਆ ਉਹ ਇੱਕ ਪਾਗਲ ਆਦਮੀ ਹੈ ਉਸਨੇ ਇੱਕ ਵਾਰ ਨਾਲੋਂ ਜ਼ਿਆਦਾ ਜਨਾਹ ਕਰੀ ਕੀਤੀ ਹੈ ਸਾਲਾਂ ਤੱਕ ਤੇ ਉਹ ਚਰਚ ਵਿੱਚ ਆ ਰਿਹਾ ਸੀ ਜਦੋਂ ਅਸੀਂ ਪਤਾ ਕੀਤਾ ਉਹਨੂੰ ਬਾਹਰ ਕੱਢਿਆ ਤੇ ਉਹ 3 ਜਾਂ 4 ਸਾਲਾਂ ਲਈ ਬਾਹਰ ਰਿਹਾ ਤੇ ਫਤ ਦੁਬਾਰਾ ਉਹ ਹੁਣੇ-ਹੁਣੇ ਬੈਕਸਲਿੱਡ ਹੋਇਆ ਉਹ ਪਾਗਲ ਹੋ ਗਿਆ ਉਹ ਗਿਆ ਜਿੱਥੇ ਉਹ ਹੈ ਤੇ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਉਹਨਾਂ ਕੋਲ ਉਸਨੂੰ ਰੱਖਣ ਲਈ ਕਾਫੀ ਸੱਚਾਈ ਨਹੀਂ ਹੈ ਇਹ ਨੌਜਵਾਨ ਲੜਕਾ ਮੇਰੇ ਨਾਮ ਨੂੰ ਫੈਲਾ ਰਿਹਾ ਹੈ ਉਹ ਬਜ਼ੁਰਗ ਆਦਮੀ ਮੇਰੇ ਨਾਮ ਨੂੰ ਫੈਲਾ ਰਿਹਾ ਹੈ ਇਹਦੇ ਨਾਲ ਮੇਰੇ ਉੱਤੇ ਕੋਈ ਫਰਕ ਨਹੀਂ ਪੈਂਦਾ ਹਾਂ ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਆਨੰਦ ਕਰੋ ਤੇ ਖੁਸ਼ੀ ਮਨਾਓ ਜਦ ਲੋਕ ਮੇਰੇ ਨਾਮ ਦੇ ਖਾਤਰ ਹਰ ਇੱਕ ਬੁਰੀ ਗੱਲ ਝੂਠ ਮੂਠ ਤੁਹਾਡੇ ਉੱਪਰ ਲਾਉਣ ਕਿਉਂ ਜੋ ਸਵਰਗ ਵਿੱਚ ਤੁਹਾਡਾ ਫਲ ਵੱਡਾ ਹੈ ਮੱਤੀ ਦੀ انجਿਲ ਪੰਜ ਦੀ 12 ਐਤ ਮੈਂ ਇਸ ਲਿਖਤ ਨਾਲ 56 ਸਾਲਾਂ ਤੋਂ ਚੱਲਦਾ ਆ ਰਿਹਾ ਹਾਂ ਜਿੱਥੇ ਕਿ ਮੈਂ ਪ੍ਰਚਾਰ ਕਰਦਾ ਰਿਹਾ ਹਾਂ ਮੈਂ ਪਾਗਲ ਨਹੀਂ ਹਾਂ ਤੇ ਇਦਾਂ ਦੇ ਮਨੁੱਖ ਉਹ ਸੋਚਦੇ ਹਨ ਕਿ ਉਹਨਾਂ ਕੋਲ ਸਹੀ ਸਬੂਤ ਹਨ ਉਹ ਸੋਚਦੇ ਹਨ ਕਿ ਉਹਨਾਂ ਕੋਲ ਸਹੀ ਸਬੂਤ ਹਨ ਕਿ ਉਹ ਹੁਣ ਗੱਲ ਕਰ ਸਕਦੇ ਹਨ ਤੂੰ ਇੱਕ ਉਦਾਸ ਗਲਤੀ ਕੀਤੀ ਹੈ ਤੂੰ ਗੱਲ ਨਹੀਂ ਕਰ ਸਕਦਾ ਤੂੰ ਆਪਣੀ ਮਾਤਾ ਨੂੰ ਇਹਦੇ ਵਿੱਚ ਮਿਕਸ ਅਪ ਕਰ ਰਿਹਾ ਹੈ ਉਹ ਇਦਾਂ ਚਾਪਦੀ ਹੈ ਜਿਵੇਂ ਉਹ ਥੱਲੇ ਜਾ ਰਹੀ ਹੈ ਮੈਨੂੰ ਉਹਦੇ ਲਈ ਅਫਸੋਸ ਹੈ ਉਹ ਚਰਚ ਜਾਂਦੀ ਹੈ ਉਹ ਵਚਨ ਸੁਣਦੀ ਹੈ ਪਰ ਇਹ ਇਦਾਂ ਜਾਪਦਾ ਹੈ ਕਿ ਉਹ ਸਮਝ ਨਹੀਂ ਸਕਦੀ ਉਹ ਵਧੀਆ ਔਰਤਾਂ ਵਿੱਚੋਂ ਇੱਕ ਸੀ ਵਧੀਆ ਔਰਤਾਂ ਵਿੱਚੋਂ ਇੱਕ ਉਹ ਉਸ ਆਦਮੀ ਨਾਲ ਭਾਵਨਾਮ ਵਿੱਚ ਵਹਿ ਗਈ ਜਿਹੜਾ ਫਿਲਮਾਂ ਵਿੱਚ ਆਪਣੀ ਪੈਨਿਸ ਨੂੰ ਵਿਖਾ ਰਿਹਾ ਹੈ ਉਹ ਇਹਨੂੰ ਲੈ ਨਹੀਂ ਸਕਦੀ ਉਹ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਜਦੋਂ ਤੁਸੀਂ ਆਪਣੀ ਫੈਮਲੀ ਨੂੰ ਪਿਆਰ ਕਰਦੇ ਹੋ ਯਿਸੂ ਦੇ ਕੋਲ ਉਸ ਦੇ ਖਿਲਾਫ ਕੁਝ ਹੈ ਆਪਣੇ ਹੱਥ ਨੂੰ ਕੱਟ ਸਟੋ ਆਪਣੇ ਪੈਰ ਨੂੰ ਵੱਢ ਸਟੋ ਆਪਣੀ ਅੱਖ ਨੂੰ ਕੱਢ ਸਟੋ ਇੱਕ ਹੱਥ ਜਾਂ ਇੱਕ ਪੈਰ ਦੇ ਨਾਲ ਲੂਲਾ ਲੰਗੜਾ ਹੋ ਕੇ ਪਰਮੇਸ਼ਵਰ ਦੇ ਰਾਜ ਅੰਦਰ ਦਾਖਲ ਹੋਣਾ ਚੰਗਾ ਹੈ ਬਜਾਏ ਕਿ ਤੂੰ ਅੱਗ ਦੀ ਚੀਲ ਵਿੱਚ ਸੁੱਟਿਆ ਜਾਵੇਂ ਇਹ ਬਾਈਬਲ ਹੈ ਇਹ ਮਤੀ ਦੀ انجیل ਉਸਦਾ 18ਵਾਂ ਅਧਿਆਇ ਹੈ ਇਹਨੂੰ ਆਪਣੇ ਲਈ ਲੱਭੋ ਸੋ ਇਸਨੂੰ ਫੈਮਲੀ ਤੱਕ ਪਹੁੰਚਣਾ ਚਾਹੀਦਾ ਹੈ ਹਰ ਕਿਸੇ ਤੱਕ ਪਹੁੰਚਣਾ ਚਾਹੀਦਾ ਹੈ ਇਹਨੂੰ ਉਹਨਾਂ ਦੇ ਪਾਸਟਰਾਂ ਤੱਕ ਪਹੁੰਚਣਾ ਚਾਹੀਦਾ ਹੈ ਇਹਨੂੰ ਮਹਾਨ ਆਦਮੀਆਂ ਨਬੀਆਂ ਤੱਕ ਪਹੁੰਚਣਾ ਚਾਹੀਦਾ ਹੈ ਤੇ ਉਹਨਾਂ ਨਬੀਆਂ ਵਿੱਚੋਂ ਜਿਹੜੇ ਸਾਡੇ ਵਾਲੇ ਦੁਆਲੇ ਹਨ ਇੱਕ ਵੀ ਜਾਣਾ ਯੂਨਿਟੀ ਵਿੱਚ ਨਹੀਂ ਹੈ ਇਕੱਲੀ ਇਹ ਹੀ ਗੱਲ ਤੁਹਾਨੂੰ ਸ਼ੋਅ ਕਰਦੀ ਹੈ ਕਿ ਇਹ ਇੱਕ ਢੋਂਗੀ ਵਿਸ਼ਵਾਸ ਹੈ ਉਹ ਇੱਕ ਦੂਜੇ ਦੇ ਨੇੜੇ ਇੱਕੋ ਚੀਜ਼ ਪੇਸ਼ ਕਰਨ ਲਈ ਆਉਂਦੇ ਹਨ ਉਹੀ ਚੀਜ਼ਾਂ ਨੂੰ ਪ੍ਰੋਪਗੇਟਿੰਗ ਕਰ ਰਹੇ ਹਨ ਪਰ ਉਹ ਇੱਕ ਦੂਜੇ ਨਾਲੋਂ ਵੰਡੇ ਹੋਏ ਹਨ ਉਹ ਇੱਕ ਦੂਜੇ ਬਾਰੇ ਬੁਰਾ ਬੁਲਣਗੇ ਇੱਕ ਦੂਜੇ ਦੀ ਆਲੋਚਨਾ ਕਰਨਗੇ ਕੁੱਤਿਆਂ ਵਾਂਗ ਜੀਉਣਗੇ ਤੇ ਉਹਨਾਂ ਕੋਲ ਇਕਤਾ ਨਹੀਂ ਹੈ ਮੈਨੂੰ ਬਾਈਬਲ ਵਿੱਚੋਂ ਵਿਖਾਓ ਜਿੱਥੇ ਨਬੀ ਇੱਕ ਦੂਜੇ ਦੇ ਵਿਰੋਧ ਵਿੱਚ ਰਹੇ ਹਨ ਤੁਸੀਂ ਮੈਨੂੰ ਇਹ ਵਿਖਾ ਨਹੀਂ ਸਕਦੇ ਇਹ ਲਿਖਤ ਅਨੁਸਾਰ ਨਹੀਂ ਹੈ ਉਹਨਾਂ ਨਬੀਆਂ ਵਿੱਚੋਂ ਹਰ ਇੱਕ ਜਾਨਾ ਇੱਕ ਦੂਜੇ ਦੇ ਨਾਲ ਇਕਤਾ ਵਿੱਚ ਸੀ ਸਿੱਖਿਆ ਵਿੱਚ ਜੁੜੇ ਹੋਏ ਸਨ ਉਹਨਾਂ ਕੋਲ ਉਹੀ ਪ੍ਰਕਾਸ਼ਨ ਸੀ ਉਹਨਾਂ ਨੇ ਇੱਕ ਦੂਜੇ ਦੀ ਸਪੋਰਟ ਕੀਤੀ ਤੇ ਉਹ ਵੰਡੇ ਹੋਏ ਨਹੀਂ ਸਨ ਤੇ ਉਹਨਾਂ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਨਹੀਂ ਉਹ ਪੈਦਾ ਹੋਏ ਸਨ ਤੇ ਉਹਨਾਂ ਨੇ ਆਪੋ ਆਪਣਾ ਜੀਵਨ گزارਿਆ ਤੇ ਉਹਨਾਂ ਕਦੇ ਇੱਕ ਦੂਜੇ ਨੂੰ ਨਹੀਂ ਦੇਖਿਆ ਤੇ ਅਜੇ ਵੀ ਉਹਨਾਂ ਦਾ ਪ੍ਰਕਾਸ਼ਨ ਇੱਕ ਸੀ ਉਹਨਾਂ ਨਬੀਆਂ ਤੇ ਉਹਨਾਂ ਮਸੀਹਾਂ ਤੇ ਮਨੁੱਖ ਦੇ ਪੁੱਤਰ ਤੇ ਗੋਡ ਤੁਸੀਂ ਜਾਣਦੇ ਹੋ ਉਹ ਇਕੱਠੇ ਨਹੀਂ ਹੋ ਸਕਦੇ ਪਰ ਜਦੋਂ ਉਹ ਇੱਕ ਦੂਜੇ ਦੇ ਚਰਚ ਵਿੱਚ ਜਾਂਦੇ ਹਨ ਉਹ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਨ ਉਹ ਇੱਕ ਦੂਜੇ ਦੇ ਖਿਲਾਫ ਵੰਡੇ ਹੋਏ ਹਨ ਤੇ ਜਦੋਂ ਉਹ ਛੱਡਦੇ ਹਨ ਉਹ ਆਲੋਚਨਾ ਕਰਦੇ ਹਨ ਉਹ ਇੱਥੇ ਮੇਰੇ ਚਰਚ ਵਿੱਚ ਆਏ ਤੇ ਜਦੋਂ ਉਹਨਾਂ ਛੱਡਿਆ ਉਹਨਾਂ ਚਰਚ ਦੀ ਆਲੋਚਨਾ ਕੀਤੀ ਪਰ ਉਹਨਾਂ ਨੇ ਆਪਣੇ ਮੂੰਹ ਨਹੀਂ ਖੋਲੇ ਜਦ ਕਿ ਉਹ ਇੱਥੇ ਸਨ ਨਹੀਂ ਕਿਉਂ ਕਿ ਸਾਡੇ ਕੋਲ ਵਚਨ ਹੈ ਸਾਡੇ ਕੋਲ ਸੱਚ ਹੈ ਸਾਡੇ ਕੋਲ ਸਾਡੇ ਨਾਲ ਪਰਮੇਸ਼ਰ ਹੈ ਉਹਨਾਂ ਨੂੰ ਸਾਬਤ ਕਰਨ ਦਿਓ ਤੇ ਉਹਨਾਂ ਨੂੰ ਪਾਪਾਂ ਵੱਲ ਇਸ਼ਾਰਾ ਕਰਨ ਦਿਓ ਉਹ ਜਿਹੜੇ ਪਾਪ ਵਿੱਚ ਜਿਉਂਦੇ ਸਨ ਉਹ ਬਾਹਰ ਨਿਕਲ ਗਏ ਸਾਡੇ ਵੱਲੋਂ ਉਹਨਾਂ ਨੂੰ ਬਰਦਾਸ਼ਤ ਕਰਨ ਤੋਂ ਬਾਅਦ ਅਸੀਂ 4 ਸਾਲ ਬਰਦਾਸ਼ਤ ਕੀਤਾ ਸਬਰ ਦੇ 5 ਸਾਲ ਤੇ ਜਦੋਂ ਲੋਕ ਹਰਾਮਕਾਰ ਜਨਾਹਕਾਰ ਤੇ ਝੂਠ ਬੋਲਣ ਵਾਲੇ ਬੰਨਾ ਸ਼ੁਰੂ ਕਰਦੇ ਹਨ ਤਦ ਅਸੀਂ ਉਹਨਾਂ ਨੂੰ ਡਿਸਮਿਸ ਕਰ ਦਿੰਦੇ ਹਾਂ ਤਦ ਉਹ ਥੱਲੇ ਜਾਂਦੇ ਹਨ ਤੇ ਹੋਰ ਚਰਚਸ ਨੂੰ ਲੱਭਦੇ ਹਨ ਤੇ ਉਹ ਵਧੀਆ ਮੁੰਡੇ ਹਨ ਉਹ ਸੱਚੇ ਚਰਚ ਵੱਲੋਂ ਜਿੱਤ ਲਿ ਗਏ ਉਹ ਵਧੀਆ ਖੁਸ਼ ਮਹਿਸੂਸ ਕਰਦੇ ਹਨ ਉਹ ਆਦਮੀ ਆਪਣੇ ਪਿਤਾ ਦੇ ਨਾਲ ਉਹ ਇਦਾਂ ਨਜ਼ਰ ਆਉਂਦੇ ਹਨ ਜਿਵੇਂ ਉਹ ਨਰਕ ਲਈ ਆਕਾਰ ਲੈ ਰਹੇ ਹਨ ਉਹਨਾਂ ਨੇ ਕਾਫੀ ਕੀਤਾ ਉਹਨਾਂ ਨੇ ਕੁਫਰ ਬੋਲਣ ਲਈ ਕਾਫੀ ਕੀਤਾ ਪਵਿੱਜਾ ਆਤਮਾ ਖਿਲਾਫ ਕੁਫਰ ਬੋਲਣਾ ਮਨੁੱਖਾਂ ਨੂੰ ਮਾਫ ਕੀਤਾ ਨਹੀਂ ਜਾਵੇਗਾ ਬਾਈਬਲ ਕਹਿੰਦੀ ਹੈ ਜੇਕਰ ਤੁਸੀਂ ਇੱਕ ਆਦਮੀ ਨੂੰ ਕੁਫਰ ਬੋਲਣ ਵਾਲਾ ਪਾਪ ਕਰਦਾ ਵੇਖੋ ਉਹਦੇ ਲਈ ਪ੍ਰਾਰਥਨਾ ਨਾ ਕਰੋ ਯੋਹਨਾ ਵਿਚ ਆਪਣੀ ਬਾਈਬਲ ਚੈੱਕ ਕਰੋ ਉਹਦੇ ਲਈ ਕੋਈ ਪ੍ਰਾਰਥਨਾ ਨਹੀਂ ਪੇਲਾ ਯੋਹਨਾ 5 ਦੀ 16 ਬਾਈਬਲ ਨੇ ਕਿਹਾ ਇਸ ਆਦਮੀ ਨੂੰ ਆਪਣੇ ਘਰ ਵਿੱਚ ਨਾ ਉਤਾਰੋ ਠੀਕ ਦੂਸਰਾ ਯੋਹਨਾ ਵਿੱਚ ਇਹ ਹੈ ਮੈਂ ਵਿਸ਼ਵਾਸ ਕਰਦਾ ਹਾਂ ਉਹਨੂੰ ਆਪਣੇ ਘਰ ਨਾ ਉਤਾਰੋ ਦੂਜਾ ਯੋਹਨਾ 1 ਦੀ 10 ਤੋਂ 11 ਐਤ ਤੇ ਤੁਸੀਂ ਪ੍ਰਪੰਨ ਦੇ ਪ੍ਰੇਮ ਦੀ ਗੱਲ ਕਰ ਰਹੇ ਹੋ ਤੁਸੀਂ ਉਸ ਆਦਮੀ ਨੂੰ ਆਪਣੇ ਘਰ ਨਹੀਂ ਉਤਾਰ ਸਕਦੇ ਜੇਕਰ ਤੁਸੀਂ ਉਸ ਨੂੰ ਬles ਕਰਦੇ ਹੋ ਆਪਣੀ ਬlesing ਵਾਪਸ ਲੋ ਇਹ ਹੁਣ ਸਖਤ ਹੋ ਰਿਹਾ ਹੈ ਇਹ ਸੱਚ ਹੈ ਤੇ ਇਹੀ ਉਹ ਤਰੀਕਾ ਹੈ ਜਿੱਦਾਂ ਅਸੀਂ ਉਹਨਾਂ ਲੋਕਾਂ ਨਾਲ ਟ੍ਰੀਟ ਕਰਦੇ ਹਾਂ ਜਿਹੜੇ ਬਾਹਰ ਕੱਢੇ ਗਏ ਹਨ ਉੱਥੇ ਕੁਝ ਹਨ ਜਿਨ੍ਹਾਂ ਨੂੰ ਤੁਸੀਂ ਮਾਫ ਕਰਦੇ ਹੋ ਤੇ ਕੁਝ ਹਨ ਜਿਨ੍ਹਾਂ ਨੂੰ ਤੁਸੀਂ ਮਾਫ ਨਹੀਂ ਕਰ ਸਕਦੇ ਪਰਮੇਸ਼ਰ ਉਹਨਾਂ ਨਾਲ ਡੀਲ ਕਰਦਾ ਹੈ ਤੁਸੀਂ ਪਰਮੇਸ਼ਰ ਦੇ ਬੰਦੇ ਹੋਣ ਵਜੋਂ ਨੂੰ ਜਾਣਨਾ ਪੈਣਾ ਹੈ ਕਿ ਇੱਕ ਆਦਮੀ ਕਦੋਂ ਕੁਫਰ ਬੋਲਦਾ ਹੈ ਇਹਨੂੰ ਯੋਹਾਨਾ ਵਿੱਚ ਪੜੋ ਤੇ ਤੁਹਾਨੂੰ ਇਸ ਦੀ ਪ੍ਰੈਕਟਿਸ ਕਰਨੀ ਪੈਣੀ ਹੈ ਤੇ ਪਰਮੇਸ਼ੁਰ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਇਹਨਾਂ ਝੂਠੇ ਨਬੀਆਂ ਦਾ ਖੁਲਾਸਾ ਕਰਾਂ ਉਹਨਾਂ ਸਾਰਿਆਂ ਦਾ ਤੇ ਇਹ ਮੇਰੀ ਡਿਊਟੀ ਹੈ ਤੇ ਕੁਝ ਉਸ ਗੁਲਾਮੀ ਥੱਲੇ ਡਿੱਗ ਪਏ ਹਨ ਤੁਸੀਂ ਉਹਨਾਂ ਬਾਰੇ ਸੁਣਨ ਜਾ ਰਹੇ ਹੋ ਪ੍ਰਭੂ ਦੀ ਸੇਵਾ ਕਰਨ ਵਿੱਚ ਇੱਕ ਖੂਬਸੂਰਤ ਸਮਾਂ ਹੈ ਹਾਂ ਪਰਬੂ ਦੀ ਸੇਵਾ ਕਰਨ ਵਿੱਚ ਇੱਕ ਖੂਬਸੂਰਤ ਸਮਾਂ ਹੈ ਮੈਂ ਆਨੰਦ ਕਰਦਾ ਹਾਂ ਜਦੋਂ ਮੈਂ ਪਰਮੇਸ਼ਰ ਦਾ ਵਚਨ ਹਾਸਲ ਕਰਦਾ ਹਾਂ ਕਿ ਇਹਨਾਂ ਝੂਠੇ ਨਬੀਆਂ ਦਾ ਖੁਲਾਸਾ ਕਰਾਂ ਬਹੁਤ ਜ਼ਿਆਦਾ ਪਾਪ ਬਹੁਤ ਜ਼ਿਆਦਾ ਦੁਸ਼ਟਪਨਾ ਬਹੁਤ ਜ਼ਿਆਦਾ ਗੰਦਗੀ ਤੇ ਉਹ ਪਰਮੇਸ਼ਰ ਹੋਣ ਦਾ ਦਾਅਵਾ ਕਰਦੇ ਹਨ ਉਹ ਇੱਕ ਨਬੀ ਹੋਣ ਦਾ ਦਾਅਵਾ ਕਰਦੇ ਹਨ ਤੁਹਾਡੇ ਕੋਲ ਉਹ ਨਬੀ ਹਨ ਮੁੰਡਿਆ ਨਹੀਂ ਉਹ ਝੂਠੇ ਨਬੀ ਹਨ ਹਾਂ ਆਮੀਨ ਆਮੀਨ ਤੇ ਆਮੀਨ ਮੈਂ ਇਸ ਦਾ ਪ੍ਰਚਾਰ ਕਰਨ ਵਿੱਚ ਆਨੰਦ ਕੀਤਾ ਮੈਂ ਇਸ ਨੂੰ ਇੰਜੋਏ ਕੀਤਾ ਇਹ ਮਹਾਨ ਹੈ ਮੈਂ ਆਪਣੇ ਬਾਰੇ ਨਹੀਂ ਕਹਿ ਰਿਹਾ ਕਿ ਮੈਂ ਮਹਾਨ ਹਾਂ ਤੁਸੀਂ ਜਾਣਦੇ ਹੋ ਪਰਮੇਸ਼ਰ ਮਹਾਨ ਹੈ ਪਰਮੇਸ਼ਰ ਅਦਭੁਤ ਹੈ ਸੰਸਾਰ ਵਿੱਚ ਜਿੱਥੇ ਕਿਤੇ ਵੀ ਕਿਸੇ ਵੀ ਜਾਣੇ ਨਾਲ ਉਹ ਜ਼ਿਆਦਾ ਖੁਲਾਸਾ ਕਰ ਸਕਦਾ ਹੈ ਤੇ ਜੇਕਰ ਉਹ ਇੱਕ ਆਦਮੀ ਨੂੰ ਪ੍ਰੇਰਨਾ ਦਿੰਦਾ ਹੈ ਉਹ ਖਲਾਸਾ ਕਰ ਸਕਦਾ ਹੈ ਉਹ ਸਚਾਈ ਦੱਸ ਸਕਦਾ ਹੈ ਕੋਈ ਜਨ ਆਵੇ ਤੇ ਮੈਨੂੰ ਦੱਸੇ ਜੇਕਰ ਇਹ ਸੱਚ ਨਹੀਂ ਹੈ ਇਹ ਝੂਠੇ ਨਬੀ ਝੂਠੇ ਨਬੀ ਆਮੀਨ ਆਮੀਨ ਤੇ ਆਮੀਨ ਉਥੇ 8 ਅਰਬ ਲੋਕ ਹਨ ਤੇ ਉਹਨਾਂ ਵਿੱਚੋਂ ਮੈਜੋਰਟੀ ਵਿੱਚ ਲੋਕ ਵਿਗੜੇ ਹੋਏ ਹਨ ਤੇ ਠੀਕ ਚਰਚਾਂ ਦੇ ਵਿੱਚ ਉਹ ਦੁਸ਼ੇ ਹਨ ਕੋਈ ਮਤਲਬ ਨਹੀਂ ਤੁਸੀਂ ਕੀ ਪ੍ਰਚਾਰ ਕਰਦੇ ਹੋ ਉਹ ਅਜੇ ਵੀ ਉਦਾਂ ਦੇ ਹਨ ਜਥੇਬੰਦੀਆਂ ਬਾਰੇ ਗੱਲ ਕਰਨੀ ਵਿਅਰਥ ਹੈ। ਉਹਨਾਂ ਵਿੱਚੋਂ ਕੁਝ ਸincere ਹਨ। ਲੋਕ ਮਾਡਰਨ ਪ੍ਰਚਾਰਕਾਂ ਦੁਆਰਾ ਪਰਮਾਇਏ ਗਏ ਹਨ। ਮਾਡਰਨ ਨਬੀ, ਮਾਡਰਨ ਸਭ ਕੁਝ ਜਾਣਨ ਵਾਲੇ। ਤੇ ਜਵਾਨ, ਬੁੱਢੇ, ਅਦਖੜ ਉਹ ਵਿਗੜੇ ਹੋਏ ਹਨ। ਉਦੁਸ਼ੇ ਥਣ। ਮੈਂ ਕੁਝ ਬੁੱਢੇ ਆਦਮੀ ਦੇਖੇ ਹਨ 70, 80, 90 ਸਾਲਾਂ ਦੇ। ਉਹ ਪਰਮੇਸ਼ੁਰ ਨੂੰ ਆਪਣਾ ਜੀਵਨ ਸੌਂਪ ਰਹੇ ਹਨ। ਜੋ ਕਿ ਇੱਕ ਵੱਡੀ ਗੱਲ ਹੈ ਤੇ ਉਹ ਪਰਮੇਸ਼ਰ ਦੇ ਘਰ ਨੂੰ ਪਿਆਰ ਕਰਦੇ ਹਨ ਪਰ ਸਾਡੇ ਕੋਲ ਕੁਝ ਹਨ ਜਿਹੜੇ ਬਦਰੂਹਾ ਦੇ ਜਕੜੇ ਹਨ ਜਿੱਦਾਂ ਇੱਕ ਆਦਮੀ ਬਦਰੂਹਾ ਨਾਲ ਜਕੜੇ ਹੋਣ ਦੇ ਨਾਤੇ ਉਹ ਆਪਣੇ ਜੀਵਨ ਲਈ ਚਿਲਾਇਆ ਉਸਦੇ ਪੁੱਤਰ ਉਸਨੂੰ ਫੜਦੇ ਸਨ ਉਸਦੇ ਕੋਲ ਕਈ ਆਦਮੀਆਂ ਦਾ ਜ਼ੋਰ ਸੀ ਸਾਨੂੰ ਉਹਦੇ ਉੱਤੇ ਤਰਸ ਆਇਆ ਤੇ ਅਸੀਂ ਉਹਨੂੰ ਝੁੰਡ ਵਿੱਚ ਲੈ ਲਿਆ ਜਦ ਕਿ ਜਿੱਥੇ ਉਹ ਸਹੀ ਨਹੀਂ ਚੱਲ ਰਿਹਾ ਸੀ ਪਰ ਉਹ ਇਸ ਜੀਵਨ ਵਿੱਚ ਇੱਕ ਮਹਾਨ ਆਦਮੀ ਹੈ ਸੋ ਸਾਡੇ ਕੋਲ ਉਸ ਆਦਮੀ ਉੱਪਰ ਤਰਸ ਸੀ ਅਸੀਂ ਉਸ ਦੇ ਨਾਲ ਸਬਰ ਰੱਖਿਆ ਅਸੀਂ ਉਸ ਨੂੰ ਡਿਸਮਿਸ ਨਹੀਂ ਕੀਤਾ ਪਰ ਉਹ ਆਦਮੀ ਮੈਨੇ ਜਾਂਦਾ ਕਿ ਵਾਪਰਿਆ ਉਸ ਨੇ ਆਪਣੀ ਫੈਮਲੀ ਨੂੰ ਛੱਡ ਦਿੱਤਾ ਤੇ ਅਮਰੀਕਾ ਚਲਾ ਗਿਆ ਇਹ ਸੋਚਦੇ ਹਾਂ ਕਿ ਉਹ ਉਹਨਾਂ ਬਦਰੂਹਾਂ ਤੋਂ ਛੁਟਕਾਰਾ ਪਾ ਲਵੇਗਾ ਸਾਨੂੰ ਉਹਦੇ ਉੱਪਰ ਤਰਸ ਸੀ ਅਸੀਂ ਉਹਨੂੰ ਕਦੇ ਬਾਹਰ ਨਹੀਂ ਕੱਢਿਆ ਤੇ ਅਚਾਨਕ ਉਸ ਆਦਮੀ ਨੇ ਆਪਣੀ ਸਾਰੀ ਫੈਮਲੀ ਨੂੰ ਛੱਡ ਦਿੱਤਾ ਤੇ ਕਿਸੇ ਹੋਰ ਫੈਮਿਲੀ ਨਾਲ ਅਮਰੀਕਾ ਨੂੰ ਚਲਾ ਗਿਆ ਪਰ ਬਦਰੂਹਾ ਇਸ ਤਰ੍ਹਾਂ ਲੋਕਾਂ ਨੂੰ ਨਹੀਂ ਛੱਡਦੀਆਂ ਹਨ ਉਹ ਬਦਰੂਹਾ ਤੁਹਾਡੇ ਨਾਲ ਚਿੰਬੜੀਆਂ ਰਹਿਣਗੀਆਂ ਜਿੰਨਾ ਚਿਰ ਉਹ ਤੁਹਾਡੇ ਕੋਲ ਲਗਾਤਾਰ ਆ ਰਹੀਆਂ ਹਨ ਮੈਨੂੰ ਉਸ ਆਦਮੀ ਲਈ ਅਫਸੋਸ ਹੈ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਇੱਕ ਬੁਰਾ ਆਦਮੀ ਹੈ ਤੇ ਅਸੀਂ ਉਹਦੇ ਨਾਲ ਕੋਸ਼ਿਸ਼ ਕੀਤੀ ਤੇ ਠੀਕ ਹੁਣ ਉਹ ਅਮਰੀਕਾ ਵਿੱਚ ਹੈ ਦਿਮਾਗੀ ਹਾਲਤ ਰਾਹੀਂ ਉਹ ਆਦਮੀ ਬੈਕ ਸਲਾਈਡਰਾਂ ਨੂੰ ਕਾਫੀ ਚਿੱਠੀਆਂ ਲਿਖ ਰਿਆ ਹੈ ਤੇ ਉਹ ਨਿੰਦਿਆ ਦੀ ਵਜ੍ਹਾ ਬਣ ਰਿਹਾ ਹੈ ਪਰ ਇਹ ਚੀਜ਼ ਉਹਦੀ ਹੈਲਪ ਨਹੀਂ ਕਰ ਸਕਦੀ ਅਸੀਂ ਉਸ ਆਦਮੀ ਨੂੰ ਮਾਫ ਕੀਤਾ ਅਸੀਂ ਉਸ ਆਦਮੀ ਨੂੰ ਲੈਣ ਦੇ ਛੁਕਾਂ ਉਹਨੇ ਪਹਿਲਾਂ ਹੀ ਰਿਪੈਂਟ ਕੀਤਾ ਹੈ ਉਹਨੇ ਕਈ ਵਾਰ ਪਛਤਾਪ ਕੀਤਾ ਦਰਜਨਾਵਾਰ ਤੇ ਉਹ ਆਦਮੀ ਬਦਰੂਹਾਂ ਦੀ ਸ਼ਕਤੀ ਥਲੇ ਚਲਾਇਆ ਤੇ ਅਸੀਂ ਅਜੇ ਵੀ ਉਹਦੇ ਲਈ ਪ੍ਰਾਰਥਨਾ ਕਰ ਰਹੇ ਹਾਂ ਹਾਂ ਪਰ ਅਸੀਂ ਬਹੁਤ ਸਾਰੇ ਬਦਰੂ ਹਨ ਜਕੜੇ ਆਦਮੀਆਂ ਬਾਰੇ ਗੱਲ ਕਰ ਰਿਹਾ ਤੇ ਤੁਹਾਨੂੰ ਬੁੱਢੇ ਹੋਣ ਦੀ ਲੋੜ ਨਹੀਂ ਨਹੀਂ ਤੁਸੀਂ ਨੌਜਵਾਨ ਹੋ ਸਕਦੇ ਹੋ ਇੱਕ ਬੁੱਢੇ ਕੋਲ ਇੱਕ ਬਦਰੂ ਹੋ ਸਕਦੀ ਹੈ ਇੱਕ ਵੱਡੇ ਬੱਚੇ ਕੋਲ ਵੀ ਇੱਕ ਬਦਰੂ ਹੈ ਤੇ ਗਲਤ ਵਾਤਾਵਰਣ ਵਿੱਚ ਨੌਜਵਾਨ ਮੁੰਡੇ ਚਰਚ ਵਿੱਚ ਆ ਰਹੇ ਹਨ ਬਸ ਬੈਕਸਲਿੱਡ ਹੋ ਗਏ ਤੇ ਬਦਰੂਆਂ ਨਾਲ ਜਕੜੇ ਗਏ ਜਿੱਦਾਂ ਮੈਂ ਇੱਕ ਫੈਮਿਲੀ ਦਾ ਵਰਣਨ ਕੀਤਾ ਜਿਹੜੀ ਬਦਰੂਹਾ ਨਾਲ ਜਕੜੀ ਗਈ ਤੇ ਉਹਨਾਂ ਨੂੰ ਜਥੇ ਬੰਦੀਆਂ ਵਿੱਚ ਹੋਣ ਦੀ ਲੋੜ ਨਹੀਂ ਹੈ ਉਹ ਸੱਚ ਦੇ ਥੱਲੇ ਬੈਠ ਕੇ ਤੇ ਸ਼ੈਤਾਨ ਦੇ ਜਗੜੇ ਹੋ ਸਕਦੇ ਹਨ ਮੈਨੂੰ ਉਹਨਾਂ ਲਈ ਅਫਸੋਸ ਹੈ ਪਰ ਉਹਨਾਂ ਵਿੱਚੋਂ ਕੁਝ ਦੀ ਮੈਂ ਮਦਦ ਨਹੀਂ ਕਰ ਸਕਦਾ ਮੈਨੂੰ ਪਤਾ ਚੱਲਿਆ ਕਿ ਜਦੋਂ ਉਹ ਪੜ੍ਹੇ ਲਿਖੇ ਹਨ ਉਹ ਬੱਤਰ ਹਨ ਤੇ ਸਾਡੇ ਕੋਲ ਕੁਝ ਨੌਜਵਾਨ ਆਦਮੀ ਹਨ ਜਿਹੜੇ ਪੜ੍ਹੇ ਲਿਖੇ ਨਹੀਂ ਹਨ ਵਾਜੇ ਵੀ ਬਧਰੂਹਾਂਤ ਜਕੜੇ ਹਨ ਅੱਛਾ ਉਹਨਾਂ ਲੜਕੀਆਂ ਨਾਲ ਦੁਰਵਿਹਾਰ ਕੀਤਾ ਉਹ ਝੂਠ ਬੋਲਦੇ ਹਨ ਤੇ ਉਹ ਭ੍ਰਿਸ਼ਟ ਹਨ ਉਹਨਾਂ ਕੋਲ ਪੈਸਾ ਹੈ ਹਾਂ ਉਹ ਭ੍ਰਿਸ਼ਟ ਹਨ ਉਹਨਾਂ ਕੋਲ ਪੈਸਾ ਹੈ ਤੇ ਉਹ ਇੱਕ ਦੂਜੇ ਨਾਲ ਜੁੜੇ ਹਨ ਦੂਰ ਤੇ ਨੇੜੇ ਉਹ ਭ੍ਰਿਸ਼ਟ ਹਨ ਉਹ ਪ੍ਰਾ ਇਕੱਠੇ ਹਨ ਉਹ ਦੋਸਤ ਇਕੱਠੇ ਹਨ ਤੇ ਬਾਈਬਲ ਇਹਦੇ ਬਾਰੇ ਬੋਲਦੀ ਹੈ ਆਪਣੇ ਹੱਥ ਨੂੰ ਵੱਢ ਸੁੱਟ ਆਪਣੇ ਪੈਰ ਨੂੰ ਕੱਟ ਸੁੱਟ ਆਪਣੀ ਅੱਖ ਨੂੰ ਕੱਢ ਸੁੱਟ ਜੇਕਰ ਤੁਸੀਂ ਉਸ ਝੁੰਡ ਵਿੱਚ ਪਏ ਗਏ ਹੋ ਬਾਈਬਲ ਕਹਿੰਦੀ ਹੈ ਤੂੰ ਨਰਕ ਜਾਣ ਦੀ ਬਚਾਏ ਆਪਣੇ ਹੱਥ ਆਪਣੇ ਪੈਰ ਨੂੰ ਕੱਢ ਸੁੱਟ ਤੇ ਆਪਣੀ ਅੱਖ ਨੂੰ ਕੱਢ ਸੁੱਟ ਇਹ ਮਰਕਸ 9 ਅਧਿਆਇ ਦੀ 43 ਤੋਂ 48 ਆਇਤਾਂ ਵਿੱਚ ਹੈ ਤੇ ਸਾਡੇ ਕੋਲ ਆਦਮੀ ਹਨ ਜਿਹੜੇ ਇੱਕ ਦੂਜੇ ਨਾਲ ਜੁੜੇ ਹਨ ਔਰਤਾਂ ਜਿਹੜੀਆਂ ਇੱਕ ਦੂਜੇ ਨਾਲ ਜੁੜੀਆਂ ਹਨ ਬੱਚੇ ਜਿਹੜੇ ਇੱਕ ਦੂਜੇ ਨਾਲ ਜੁੜੇ ਹਨ ਕਿਉਂਕਿ ਉਹ ਬਦਰੂਹਾਂ ਦੇ ਜਕੜੇ ਹਨ ਤੇ ਉਹ ਇੱਕ ਦੂਜੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਨ ਪੜ੍ਹੇ ਲਿਖੇ ਲੋਕ ਅਨਪੜ੍ਹ ਦੁਸ਼ਟ ਲੋਕ ਹਾਲਾਂਕਿ ਉਹ ਪਰਮੇਸ਼ਵਰ ਦੇ ਵਚਨ ਥਲੇ ਬੈਠਦੇ ਹਨ ਇਹ ਲੋਕ ਗਲਤ راہ ਉੱਪਰ ਜਾਂਦੇ ਹਨ ਉਹ ਗਲਤ ਵਿਆਹ ਕਰਵਾਉਂਦੇ ਹਨ ਦੋਗਲੇ ਵਿਆਹ ਜਿਹਨੂੰ ਨਬੀ ਨੇ ਕੰਡਮ ਕੀਤਾ ਉਸਨੇ ਕਿਹਾ ਚਿੱਟੀ ਨਸਲ ਚਿੱਟੀ ਨਸਲ ਨਾਲ ਕਾਲੀ ਨਸਲ ਕਾਲੀ ਨਸਲ ਨਾਲ ਵਿਆਹ ਕਰਵਾਈ ਤੇ ਇਦਾਂ ਕਰਨ ਦੁਆਰਾ ਉਹਨਾਂ ਕੋਲ ਸ਼ਾਂਤੀ ਹੋਵੇਗੀ ਹਾਂ ਇਹੀ ਹੈ ਜੋ ਉਹਨੇ ਕਿਹਾ ਤੇ ਅਸੀਂ ਇਹਦਾ ਵਿਸ਼ਵਾਸ ਕਰਦੇ ਹਾਂ ਭਾਈ ਬ੍ਰਹਮਨ ਦਾ ਸੰਦੇਸ਼ ਪ੍ਰਤੀਨਿਧਤੂ ਦਾਰਾ ਦੋਸ਼ આરોਪਨ 13 ਨਵੰਬਰ 1960 ਸੰ ਦਾ ਸੰਦੇਸ਼ ਹਵਾਲਾ ਲੋਕ ਚੰਗੇ ਹੋਣਗੇ ਜੇਕਰ ਤੁਸੀਂ ਬਸ ਉਹਨਾਂ ਨੂੰ ਉਹਦਾ ਰਹਿਣ ਦਿਓ ਜਿਦਾਂ ਦੇ ਉਹ ਹਨ ਜਿਸ ਢੰਗ ਨਾਲ ਪਰਮੇਸ਼ਰ ਨੇ ਉਹਨਾਂ ਨੂੰ ਬਣਾਇਆ ਸੀ ਪੂਰੀ ਨਸਲ ਪੂਰੀ ਨਸਲ ਨਾਲ ਵਿਆਹ ਕਰਵਾਏ ਚਿੱਟੀ ਨਸਲ ਚਿੱਟੀ ਨਸਲ ਨਾਲ ਵਿਆਹ ਕਰਵਾਏ ਕਾਲੀ ਨਸਲ ਤੇ ਪੀਲੀ ਨਸਲ ਤੇ ਜੋ ਵੀ ਹੈ ਉਦਾਂ ਹੀ ਰਹੋ ਜਿੱਦਾਂ ਪਰਮੇਸ਼ਰ ਨੇ ਉਹਨਾਂ ਨੂੰ ਬਣਾਇਆ ਹੈ ਅਨਕੁਟ ਤੇ ਜੇਕਰ ਇੱਕ ਆਦਮੀ ਆਪਣੀ ਨਸਲ ਤੋਂ ਬਾਹਰ ਜਾ ਕੇ ਵਿਆਹ ਕਰਵਾਉਂਦਾ ਹੈ ਇਹ ਇੱਕ ਬਹੁਤ ਲੰਮਾ ਸਮਾਂ ਪਹਿਲਾਂ ਹੋਵੇਗਾ ਤੇ ਤਦ ਉਹ ਆਪਣੇ ਜੀਵਨ ਨੂੰ ਮਸ਼ੀਨ ਉਸਰੈਂਡਰ ਕਰਦੇ ਹਨ ਪਰ ਉਹ ਚੇਤਨਾ ਵਿੱਚ ਹਨ ਹਾਂ ਤੁਹਾਡੇ ਕੋਲ ਇਹ ਆਦਮੀ ਹਨ ਕਈ ਵਾਰ ਉਹ ਚਰਚ ਛੱਡਦੇ ਹਨ ਕਈ ਵਾਰ ਉਹ ਉਸ ਕਿਸੇ ਦਾ ਜੀਵਨ ਗੁਜ਼ਾਰਨਾ ਚਾਹੁੰਦੇ ਹਨ ਤੇ ਅਜੇ ਵੀ ਚਰਚ ਨਾਲ ਸੰਬੰਧ ਰੱਖਦੇ ਹਨ ਮੈਂ ਇਹਨੂੰ ਪਖੰਡ ਕਿਹਾ ਕੇ ਸਾਧਾ ਹਾਂ ਹਾਂ ਇਹ ਪਰਮੇਸ਼ਰ ਦੇ ਵੱਲੋਂ ਨਹੀਂ ਹੈ ਤੇ ਤਦ ਉਹ ਟਿਪਸ ਲੈਣਾ ਚਾਹੁੰਦੇ ਹਨ ਤੇ ਇਹਨੂੰ ਇਹਨਾਂ ਬੈਕ ਸਲਾਈਡਰ ਨੂੰ ਦਿੰਦੇ ਹਨ ਮੈਂ ਇਹਦੇ ਨਾਲ ਅਸਹਿਮਤ ਹਾਂ ਇਹ ਟਿਪਸ ਉਸ ਕਿਸੇ ਦੇ ਲੋਕਾਂ ਕੋ ਜਾਣੇ ਨਹੀਂ ਚਾਹੀਦੇ ਹਨ ਸਾਡੇ ਕੋਲ ਉਹਨਾਂ ਵਾਸਤੇ ਖਾਸ ਟਿਪਸ ਹਨ ਜਿੱਦਾਂ ਕਿਦਾਂ ਬਚਾਇਆ ਜਾਣਾ ਹੈ ਮੇਰੇ ਕੋਲ ਇਹ ਨੈਟ ਉਤੇ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਤੁਹਾਡੇ ਸਾਰਿਆਂ ਲਈ ਤੁਸੀਂ ਜਾਣਦੇ ਹੋ ਉਹਨਾਂ ਨੇ ਪਹਿਲਾਂ ਹੀ ਇਹਨੂੰ ਸੁਣਿਆ ਤੇ ਆਲੋਚਨਾ ਕੀਤੀ ਹਾਂ ਪਰਮੇਸ਼ਵਰ ਦੇ ਵਚਨ ਦੀ ਆਲੋਚਨਾ ਕੀਤੀ ਇਹ ਹੋਰ ਜ਼ਿਆਦਾ ਬਰਬਾਦੀ ਹੈ ਜਦੋਂ ਤੁਸੀਂ ਸੱਚ ਦੀ ਆਲੋਚਨਾ ਕਰਦੇ ਹੋ ਇਹ ਹੋਰ ਜ਼ਿਆਦਾ ਬਰਬਾਦੀ ਹੈ ਤੁਸੀਂ ਵਚਨ ਦੀ ਆਲੋਚਨਾ ਨਹੀਂ ਕਰ ਸਕਦੇ ਤੇ ਇਸ ਜੀਵਨ ਵਿੱਚ ਖੁਸ਼ਹਾਲ ਹੋਵੋ ਹਾਂ ਉਹ ਇਹਨੂੰ ਉਧਰ ਕਰਦੇ ਹਨ ਪੂਰਬ ਪੱਛਮ ਉੱਤਰ ਤੇ ਦੱਖਣ ਤੇ ਉਹ ਝੂਠੇ ਨਬੀਆਂ ਵਿੱਚ ਬਦਲ ਗਏ ਤੇ ਉਹ ਇਹਦੇ ਲਈ ਨਰਕ ਵਿੱਚ ਜਾਣਗੇ ਤੇ ਅੱਗ ਦੀ ਛੀਲ ਵਿੱਚ ਉਹ ਨਰਕ ਇੱਕ ਭਿਆਨਕ ਜਗ੍ਹਾ ਹੈ ਸਵਰਗ ਇੱਕ ਮਹਾਨ ਜਗ੍ਹਾ ਹੈ ਜੀਵਨ ਦੇ ਅੰਤ ਤੋਂ ਬਿਨਾ ਪਰ ਨਰਕ ਜਾਣਾ ਤੁਹਾਡੇ ਕੋਲ گزارਣ ਲਈ ਬਹੁਤ ਸਾਲ ਹਨ ਇੱਕ ਮਿੰਟ ਇਹਦੇ ਬਾਰੇ ਸੋਚੋ ਜੇਕਰ ਤੁਹਾਡੀ ਉਂਗਲ ਅੱਗ ਵਿੱਚ ਹੋਵੇ ਤੇ ਇਹ ਕੋਈ ਮਜ਼ਾਕੀ ਅੱਗ ਨਹੀਂ ਹੈ ਤਤ ਉਸ ਅਗਨਾ ਸੜ ਜਾਣਗੇ ਪ੍ਰਚੰਡ ਗਰਮੀ ਨਾਲ ਮੈਂ ਨਹੀਂ ਜਾਣਦਾ ਕਿ ਲੋਕਾਂ ਨੂੰ ਇਹ ਕਿਦਾਂ ਐਕਸਪਲੇਨ ਕਰਾਂ ਪਰ ਇਹ ਸੱਚ ਹੈ ਖੁੱਲਾ ਹੈ ਉਹ ਰਾਹ ਜਿਹੜਾ ਨਾਸ਼ ਨੂੰ ਜਾਂਦਾ ਹੈ ਤੇ ਬਹੁਤੇ ਹਨ ਜਿਹੜੇ ਉਧਰ ਜਾਂਦੇ ਹਨ ਪ੍ਰਤੰਗ ਤੇ ਸੋੜਾ ਹੈ ਉਹ ਮਾਰਗ ਜਿਹੜਾ ਜੀਵਨ ਵੱਲ ਜਾਂਦਾ ਹੈ ਤੇ ਜਿਹੜੇ ਉਹਨੂੰ ਲੱਭਦੇ ਹਨ ਉਹ ਵਿਰਲੇ-विरਲੇ ਹਨ ਮਤੀ ਦੀ انجਿਲ 7 ਦੇ 13 14 ਆਇਤਾ ਤੁਸੀਂ ਮੈਨੂੰ ਕਈ ਵਾਰ ਇਹਨੂੰ ਬੋਲਦੇ ਸੁਣਿਆ ਹੈ ਤੇ ਝੂਠੇ ਨਬੀ ਉਧਰ ਫਿੱਟ ਹੁੰਦੇ ਹਨ ਇਹ ਠੀਕ ਸੈਂਟਰਲ ਵਿੱਚ ਹਨ ਪਰਮੇਸ਼ੁਰ ਦੇ ਘਰ ਦੇ ਆਸ-ਪਾਸ ਮੈਂ ਕੋਈ ਮਾਫੀ ਨਹੀਂ ਮੰਗਦਾ ਉਹ ਸੰਸਾਰ ਨੂੰ ਪਿਆਰ ਕਰਦੇ ਹਨ ਉਹ ਪਰਮੇਸ਼ੁਰ ਦੇ ਘਰ ਦੇ ਆਲੋਚਕ ਹਨ ਇਹਨੂੰ ਥੋੜਾ ਹੁਣ ਹਜਮ ਕਰੋ ਹਾਂ ਉਹ ਇਕੱਠੇ ਮਿਲ ਗਏ ਹਨ ਪਰ ਕੋਈ ਵੀ ਇਕਤਾ ਨਹੀਂ ਹੈ ਹਾਂ ਉਹਨਾਂ ਕੋਲ ਕੋਈ ਇਕਤਾ ਨਹੀਂ ਹੈ ਪਰ ਉਹ ਪਰਮੇਸ਼ਰ ਦੇ ਘਰ ਨੂੰ ਸਤਾਉਣ ਲਈ ਉਹ ਇਕੱਠੇ ਹੋ ਗਏ ਹਨ ਬੜੀ ਮੁਸ਼ਕਲ ਨਾਲ ਹੀ ਉਹਨਾਂ ਵਿੱਚੋਂ ਕੋਈ ਪਰਮੇਸ਼ਰ ਦੇ ਘਰ ਵਿੱਚ ਆਵੇਗਾ ਕਿਉਂਕਿ ਉਹਨਾਂ ਨੇ ਝੂਠ ਫੈਲਾਏ ਹਨ ਉਹਨਾਂ ਨੇ ਝੂਠ ਫੈਲਾਏ ਨਬੀ ਹਾਂ ਇੱਕ ਨਬੀ ਦੋ ਨਬੀ ਤਿੰਨ ਨਬੀ ਚਾਰ ਨਬੀ ਪੰਜ ਨਬੀ ਇਹ ਉਹ ਹਨ ਜਿਹੜੇ ਆਸਪਾਸ ਹਨ ਤੇ ਉਹ ਲੋਕਾਂ ਨੂੰ ਪਰਮੇਸ਼ਰ ਦੇ ਘਰ ਵਿੱਚ ਆਉਣ ਦੇਣ ਲਈ ਛੱਡਣਾ ਨਹੀਂ ਚਾਹੁੰਦੇ ਹਾਂ ਸੋ ਜਦੋਂ ਤੁਸੀਂ ਇੱਕ ਆਦਮੀ ਨੂੰ ਜਿੱਤਦੇ ਹੋ ਭਾਈ ਉਹ ਇੱਕ ਗਹਿਣਾ ਹੈ ਉਹਨੇ ਪ੍ਰਭੂ ਨੂੰ ਪਿਆਰ ਕਰਨਾ ਹੈ ਉਹਨੂੰ ਆਪਣੇ ਪੂਰੇ ਦਿਲ ਨਾਲ ਪ੍ਰਭੂ ਨੂੰ ਪਿਆਰ ਕਰਨਾ ਪੈਣਾ ਹੈ ਨਹੀਂ ਤਾਂ ਉਹ ਇਹ ਨੂੰ ਨਹੀਂ ਕਰ ਸਕੇਗਾ ਔਰਤਾਂ ਉਹਨਾਂ ਉਹਨਾਂ ਉਤੇ ਕੱਪੜੇ ਪੁਆਏ ਮੈਨੂੰ ਉਹਨਾਂ ਲਈ ਅਫਸੋਸ ਹੈ ਉਹਨਾਂ ਨੇ ਬੋਰੀ ਬਸਤਰ ਪਾਏ ਉਹਨਾਂ ਨੇ ਹਰ ਕਿਸਮ ਦੇ ਕੱਪੜੇ ਪਾਏ ਮੈਂ ਪਹਿਲਾਂ ਹੀ ਇਹਨੂੰ ਦੱਸਿਆ ਹੈ ਜਲਪਰੀ ਵਾਲੀ ਡਰੈਸ ਤੇ ਇਹ ਉਹਨਾਂ ਉੱਤੇ ਸਖਤ ਹੈ ਪਰ ਉਹਨਾਂ ਵਿੱਚੋਂ ਕੁਝ ਨੇ ਆਪਣੇ ਮਨ ਬਣਾ ਲਏ ਹਨ ਤੇ ਉਹ ਉਸ ਕਲਟ ਵਿੱਚੋਂ ਬਾਹਰ ਨਿਕਲੇ ਹਨ ਮੈਨੂੰ ਉਹਨਾਂ ਲਈ ਖੁਸ਼ੀ ਹੈ ਹਾਂ ਤੇ ਉਹਨਾਂ ਨੇ ਆਪਣੇ ਨਬੀਆਂ ਤੋਂ ਬਹੁਤ ਜ਼ਿਆਦਾ ਝੂਠ ਸੁਨੇ ਹਨ ਕਿ ਉਹ ਨਹੀਂ ਜਾਣਦੇ ਕਿ ਕੀ ਵਿਸ਼ਵਾਸ ਕਰਨਾ ਹੈ ਇਸ ਦੇ ਇਲਾਵਾ ਉਹਨਾਂ ਵਿੱਚੋਂ ਕੁਝ ਸincere ਨਹੀਂ ਹਨ ਉਹ ਸਾਰੇ ਰਾਹ ਉਹਨਾਂ ਨਬੀਆਂ ਨੂੰ ਫੋਲੋ ਕਰ ਰਹੇ ਸਨ ਉਹ ਉਹਨਾਂ ਨਬੀਆਂ ਨੂੰ ਪਿਆਰ ਕਰਦੇ ਹਨ ਤੁਸੀਂ ਇਸ ਤਰ੍ਹਾਂ ਇੱਕ ਪ੍ਰਚਾਰਕ ਨੂੰ ਪਿਆਰ ਨਹੀਂ ਕਰਦੇ ਤੁਸੀਂ ਪਰਮੇਸ਼ਰ ਨਾਲੋਂ ਜ਼ਿਆਦਾ ਇੱਕ ਝੂਠੇ ਆਦਮੀ ਨੂੰ ਪਿਆਰ ਨਹੀਂ ਕਰ ਸਕਦੇ ਔਰ ਤੁਹਾਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਕਿਦਾਂ ਉਹਨਾਂ ਆਦਮੀਆਂ ਨੂੰ ਨਬੀਆਂ ਵਜੋਂ ਪਹਿਚਾਣ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਕੋਲ ਵਚਨ ਨਹੀਂ ਹੈ ਉਹਨਾਂ ਕੋਲ ਪਰਮੇਸ਼ਰ ਦੀ ਆਤਮਾ ਨਹੀਂ ਹੈ ਕਿਸ ਤਰ੍ਹਾਂ ਉਹ ਵਚਨ ਦੇ ਉਲਟ ਜੀਉਂਦੇ ਹਨ ਉਹ ਪੈਸੇ ਨਾਲ ਪਿਆਰ ਕਰਨ ਵਾਲੇ ਹਨ ਹਾਂ ਵਚਨ ਨੂੰ ਪਿਆਰ ਤੁਸੀਂ ਇਦਾਂ ਹਾਸਲ ਨਹੀਂ ਕਰ ਸਕਦੇ ਉਹ ਵਚਨ ਨਾਲ ਪਿਆਰ ਨਹੀਂ ਕਰਦੇ ਉਹ ਕਲਟ ਨਾਲ ਪਿਆਰ ਕਰਦੇ ਹਨ ਉਹ ਝੂਠ ਨਾਲ ਪਿਆਰ ਕਰਦੇ ਹਨ ਤੇ ਇਸੇ ਤਰ੍ਹਾਂ ਉਹ ਜਾਂਦੇ ਹਨ ਉਸ ਸੰਸਾਰ ਨਾਲ ਪਿਆਰ ਕਰਦੇ ਹਨ ਤੇ ਤਦ ਆਪਣੇ ਆਪ ਨੂੰ ਨਬੀ ਕਹਾਉਂਦੇ ਹਨ ਉਹ ਨਬੀ ਹਨ ਝੂਠੇ ਨਬੀ ਸ਼ੈਤਾਨ ਦੇ ਸੇਵਾਦਾਰ ਉਹ ਠੀਕ ਇੱਥੇ ਆਲੇ ਦੁਆਲੇ ਹਨ ਉਹ ਪਰਮੇਸ਼ਰ ਵੱਲੋਂ ਨਹੀਂ ਹਨ ਹਾਂ ਇਸਾਰੇ ਨਬੀ ਪਰਮੇਸ਼ਵਰ ਦੇ ਘਰ ਨਾਲੋਂ ਬਹੁਤ ਜ਼ਿਆਦਾ ਦੂਰ ਨਹੀਂ ਹਨ ਉਹਨਾਂ ਕੋਲ ਵਚਨ ਦਾ ਸਬੂਤ ਹੈ ਉਹ ਨਾ ਜਾਣਨ ਦਾ ਢੋਂਗ ਕਰਦੇ ਹਨ ਪਰ ਉਹਨਾਂ ਕੋਲ ਭਈ ਬ੍ਰਾਹਮ ਹੈ ਨਬੀ ਦਾ ਸੰਦੇਸ਼ ਇੱਕ ਗਵਾਹੀ ਦੇ ਵਜੋਂ ਉਹਨਾਂ ਦੇ ਖਿਲਾਫ ਹੈ ਉਹ ਜੋ ਉਹ ਕਰਦੇ ਹਨ ਉਹਦੇ ਲਈ ਕੀਮਤ ਚੁਕਾਉਣਗੇ ਜੋ ਉਹ ਕਹਿੰਦੇ ਹਨ ਹਾਂ ਉਹ ਕੀਮਤ ਤਾਰਨਗੇ ਮੈਂ ਉਹਨਾਂ ਬਾਰੇ ਪ੍ਰਚਾਰ ਕਰਕੇ ਖੁਸ਼ ਹਾਂ ਪਰਮੇਸ਼ਵਰ ਨੇ ਮੈਨੂੰ ਇਹ ਦੱਸਿਆ ਹੈ ਹਾਂ ਭਾਈਓ ਤੇ ਭੈਣੋ ਖਬਰਦਾਰ ਰਹੋ ਮੇਰੇ ਦੋਸਤੋ ਮੇਰੇ ਭਰਾਵੋ ਮੇਰੀਓ ਭੈਣੋ ਖਬਰਦਾਰ ਰਹੋ ਬੀ ਕੇਅਰਫੁਲ ਖਬਰਦਾਰ ਮਤੇ ਕੋਈ ਆਦਮੀ ਤੁਹਾਡਾ ਮੁਕਟ ਚੁਰਾ ਕੇ ਨਾ ਲਿਜਾ ਸਕੇ ਇੱਕ ਝੂਠਾ ਨਬੀ ਇਹ ਕਰੇਗਾ ਹਾਂ ਖਬਰਦਾਰ ਕੋਈ ਆਦਮੀ ਤੁਹਾਡਾ ਮੁਕਟ ਨਾ ਚੁਰਾਵੇ ਉਹ ਤੁਹਾਨੂੰ ਵਿਗਾੜ ਦੇਣਗੇ ਉਹ ਤੁਹਾਨੂੰ ਪਰਮਾਉਣਗੇ ਉਹ ਤੁਹਾਡੇ ਨਾਲ ਝੂਠ ਬੋਲਣਗੇ ਇਹ ਇੱਕ ਕੰਮ ਹੈ ਜੋ ਇੱਕ ਝੂਠਾ ਨਬੀ ਕਰ ਸਕਦਾ ਹੈ ਤੇ ਇਹ ਝੂਠ ਬੋਲਣਾ ਹੈ ਪਰਮੇਸ਼ਰ ਸੱਤ ਚੀਜ਼ਾਂ ਨਾਲ ਨਫ਼ਰਤ ਕਰਦਾ ਹੈ ਹੰਕਾਰ ਇੱਕ ਝੂਠ ਬੋਲਣਾ ਤੇ ਪੰਜ ਹੋਰ ਚੀਜ਼ਾਂ ਇਹ ਕਹਾਉ ਤਾਂ 6 ਦੀ 16 ਤੋਂ 19 ਆਇਤਾਂ ਵਿੱਚ ਹੈ ਤੁਸੀਂ ਇਹਨੂੰ ਪੜੋ ਤੇ ਤੁਸੀਂ ਸੱਚ ਨੂੰ ਪਾਓਗੇ ਉੱਥੇ ਇੱਕ ਨੌਜਵਾਨ ਆਦਮੀ ਸੀ ਜਿਹੜਾ ਬਹੁਤ ਵਧੀਆ ਸੀ ਤੇ ਪ੍ਰਭ ਦੀ ਸੇਵਾ ਕਰਨ ਲਈ ਕੁਰਬਾਨੀਆਂ ਕੀਤੀਆਂ ਕਿ ਉਹਨੇ ਕੁਝ ਸਾਲਾਂ ਲਈ ਇਦਾਂ ਜੀਵਨ ਗੁਜ਼ਾਰਿਆ ਤਦ ਪਾਸਟਨ ਸੋਚਿਆ ਕਿ ਉਸਨੂੰ ਹੁਣ ਉਹਨੂੰ ਪੁਲਪਟੂਤੇ ਭੇਜਣਾ ਚਾਹੀਦਾ ਹੈ ਤੇ ਉਸਨੇ ਉਹਨੂੰ ਪੁਲਪਟੂਤੇ ਇੱਕ ਮੌਕਾ ਦਿੱਤਾ ਪਹਿਲਾ ਦਿਨ ਜਦੋਂ ਉਸਨੂੰ ਇਹ ਪਰਮਿਸ਼ਨ ਮਿਲੀ ਉਹ ਇੱਕ ਭਰਾ ਦੀ ਪਤਨੀ ਕੋਲ ਗਿਆ ਇੱਕ ਹੋਰ ਅਲੱਗ ਨਸਲ ਦੀ ਤੇ ਉਸਨੂੰ ਸੈਕਸ ਦੀ ਗੱਲਬਾਤ ਵਿੱਚ ਇੰਗੇਜ ਕਰਨ ਦੀ ਕੋਸ਼ਿਸ਼ ਕੀਤੀ ਇਹ ਉਸ ਚਰਚ ਦੀ ਪ੍ਰੈਕਟਿਸ ਵਿੱਚ ਫਿੱਟ ਨਹੀਂ ਹੁੰਦਾ ਤੇ ਅਸੀਂ ਉਸਨੂੰ ਬਾਅਦ ਕੱਟਣਾ ਸੀ ਪਰ ਸਾਡੇ ਕੋਲ ਉਸ ਗੰਦੇ ਆਦਮੀ ਉਪਰ ਤਰਸੀ ਜਦ ਤੋਂ ਉਹ ਕਈ ਸਾਲਾਂ ਤੋਂ ਚਰਚ ਆ ਰਿਹਾ ਸੀ ਪਰ ਉਸਨੇ ਪ੍ਰਚਾਰ ਕਰਨਾ ਛੱਡਿਆ ਤੇ ਤਦ ਕਾਮਕ ਰੂਪ ਵਿੱਚ ਕਈ ਕੰਮ ਕੀਤੇ ਤੇ ਲੋਕਾਂ ਮਗਰ ਲਸਟ ਕੀਤੀ ਤੇ ਕਿੰਨੇ ਜਾਣੇ ਅਸੀਂ ਦੱਸ ਨਹੀਂ ਸਕਦੇ ਤੇ ਦੁਸ਼ਟਪੁਣੇ ਦੀ ਪ੍ਰੈਕਟਿਸ ਮੈਂ ਹੁਣ ਵਰਣਨ ਨਹੀਂ ਕਰ ਸਕਦਾ ਤੇ ਆਖਰੀ ਹਾਲਤ ਉਸ ਆਦਮੀ ਦੇ ਸਾਰੇ ਜੀਵਨ ਦੀ ਸਟੇਜ ਨਾਲੋਂ ਬੁਰੀ ਸੀ ਸੋ ਮੈਂ ਨਾਮਾ ਨੂੰ ਲੈਣਾ ਨਹੀਂ ਚਾਹੁੰਦਾ ਮੈਂ ਕਿਸੇ ਜਾਣ ਦੀ ਰੈਪਿਊਟੇਸ਼ਨ ਨੂੰ ਖਰਾਬ ਕਰਨਾ ਨਹੀਂ ਚਾਹੁੰਦਾ ਹਾਂ ਪਰ ਇਹ ਆਦਮੀ ਹੁਣ ਇੱਕ ਬਜ਼ੁਰਗ ਆਦਮੀ ਵਜੋਂ ਉਸ ਦੇ ਕੁਝ ਪੁੱਤਰ ਹਨ ਜਿਹੜੇ ਬਿਲਕੁਲ ਉਹਦੇ ਵਾਂਗ ਪੱਜ ਨਿਕਲੇ ਤੇ ਉਹਨਾਂ ਵਿੱਚੋਂ ਇੱਕ ਮੈਂ ਨਾਮ ਨਹੀਂ ਲਾਵਾਂਗਾ ਉਹਨੇ ਇੱਕ ਨਿਸ਼ਚਿਤ ਤਪੂ ਤੇ ਜੰਗਲੀ ਬਣ ਕੇ ਬਿਹੇਵ ਕਰਨਾ ਸ਼ੁਰੂ ਕੀਤਾ ਤੇ ਉਹਨੇ ਇੱਕ ਸੂਰ ਵਾਂਗ ਬਿਹੇਵ ਕੀਤਾ ਤੇ ਉਹ ਇੱਕ ਲੜਕੀ ਨਾਲ ਕੋਰਟਸ਼ਿਪ ਕਰ ਰਿਹਾ ਸੀ ਤੇ ਉਸ ਨੂੰ ਹੁਕਮ ਦੇਣੇ ਸ਼ੁਰੂ ਕੀਤੇ ਤੇ ਉਹ ਵਾਪਸ ਟ੍ਰੇਨ ਡਾਟ ਆਇਆ ਤੇ ਉਸ ਦੀ ਬਗਾਵਤ ਉਸ ਦਾ ਦੁਸ਼ਟਪਨਾ ਉਸ ਦੀ ਗੰਦਗੀ ਜਾਰੀ ਰਹੀ ਤੇ ਇਹ ਵਾਪਰਿਆ ਕਿ ਚਰਚ ਨੂੰ ਉਹਨੂੰ ਡਿਸਮਿਸ ਕਰਨਾ ਪਿਆ ਭਾਵੇਂ ਅਸੀਂ ਨੌਜਵਾਨ ਲੋਕਾਂ ਨਾਲ ਦੁੱਖ ਚੱਲਿਆ ਤੇ ਪੁਰਾਣੇ ਲੋਕ ਇਹ ਦੇਖਣ ਲਈ ਕਿ ਉਹ ਅਨੰਤ ਜੀਵਨ ਹਾਸਲ ਕਰਨ ਪਰ ਇਹ ਉਸ ਨੌਜਵਨ ਆਦਮੀ ਨਾਲ ਨਹੀਂ ਸੀ ਤੇ ਉਸ ਦੇ ਕੋਲ ਇੱਕ ਉਸ ਦੇ ਨਾਲੋਂ ਛੋਟਾ ਭਰਾ ਸੀ ਤੇ ਉਸ ਨੇ 3 ਸਾਲ ਤੱਕ ਆਪਣੇ ਪੈਨਿਸ ਨੂੰ ਪਬਲਿਕ ਵਿੱਚ ਬਾਹਰ ਕੱਢਿਆ ਤੇ ਵੀਡੀਓ ਦੁਆਰਾ ਇਹਨੂੰ ਤਿੰਨ ਚਰਚਾਂ ਦੀਆਂ ਨੌਜਵਾਨ ਲੜਕੀਆਂ ਨੂੰ ਸ਼ੋਅ ਕਰ ਰਿਹਾ ਸੀ ਤੇ ਇਹਨੂੰ ਰੋਕਣਾ ਨਹੀਂ ਚਾਹੁੰਦਾ ਸੀ ਸੋ ਉਹਨੇ ਕਦੇ ਉਸ ਪ੍ਰੈਕਟਿਸ ਨੂੰ ਨਹੀਂ ਰੋਕਿਆ ਤੇ ਉਹ ਇੱਕ ਹੋਰ ਜਗ੍ਹਾ ਗਿਆ ਤੇ ਪਿਤਾ ਇੱਕ ਹੋਰ ਜਗ੍ਹਾ ਗਿਆ ਤੇ ਵੱਡਾ ਭਰਾ ਕਿਸੇ ਹੋਰ ਜਗ੍ਹਾ ਗਿਆ ਤੇ ਉਹਨਾਂ ਦੇ ਇੱਕ ਭਰਾ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਉਸ ਦੇ ਨਾਲ ਫਰੈਂਡਲੀ ਬਣੇ ਨਹੀਂ ਰਹੇ ਪਰ ਉਹ ਉਹਨਾਂ ਦੇ ਖਿਲਾਫ ਖੜਾ ਹੋਇਆ ਹਾਂ ਤੇ ਜਿੱਦਾਂ ਉਸ ਦੇ ਨਾਲ ਵਿਹਾਰ ਕੀਤਾ ਗਿਆ ਉਹ ਚੰਗਾ ਨਹੀਂ ਸੀ ਤੇ ਇਹ ਹੋਇਆ ਕਿ ਪਿਤਾ ਫੇਵਰ ਨੂੰ ਹਾਸਲ ਕਰਦਾ ਜਾਪਿਆ ਤੇ ਉਹ ਮੁੰਡਾ ਫੇਵਰ ਹਾਸਲ ਕਰਦਾ ਜਾਪਿਆ ਤੇ ਉਹ ਨੌਜਵਾਨ ਲੜਕਾ ਜਿਨ ਨੇ ਆਪਣਾ ਪੈਨਿਸ ਬਾਹਰ ਕੱਢਿਆ ਤੇ ਨੌਜਵਾਨ ਲੜਕੀਆਂ ਨੂੰ ਸ਼ੋਅ ਕਰ ਰਿਹਾ ਸੀ ਜਿਹਦੇ ਕਰਕੇ ਉਹਨੂੰ ਬਾਹਰ ਕੱਢਿਆ ਗਿਆ ਸੀ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਦੇ ਹਾਂ ਮੈਂ ਪਰ ਬਾਕੀ ਦੀ ਗੱਲ ਨਹੀਂ ਕਰਾਂਗਾ ਪਰ ਉਸ ਆਦਮੀ ਨੇ ਅਫਵਾਹਾਂ ਫਲਾਈਆਂ ਕਿ ਮੈਂ ਬਿਮਾਰ ਹਾਂ ਤੇ ਬੁੱਢਾ ਹਾਂ ਤੇ ਮੈਂ ਦੁਬਾਰਾ ਚਰਚ ਨਹੀਂ ਚਲਾ ਸਕਦਾ ਜੋ ਕਿ ਇੱਕ ਝੂਠ ਹੈ ਤੇ ਉਸ ਨੇ ਸ ਹੋਰ ਨਾ ਸੇਵਾਦਾਰਾਂ ਨੂੰ ਕੁੱਟ ਕੇ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਕਿਹਾ ਕਿ ਉਹ ਆਦਮੀ ਬੱਤਰ ਹੈ ਜਿੱਦਾਂ ਕਿ ਉਹ ਰਾਤ ਨੂੰ ਰਾਤ ਆਤਮਿਕ ਹੋ ਗਿਆ ਪਰ ਮੈਂ ਪੂਰ ਅਨੁਮਾਨ ਕਰਦਾ ਹਾਂ ਕਿ ਉਹ ਡਿੱਗ ਪਵੇਗਾ ਪਰਮੇਸ਼ਰ ਉਹਦੇ ਕੋਲ ਵਿਜ਼ਿਟ ਕਰੇਗਾ ਤੇ ਉਹ ਡਿੱਗ ਪਵੇਗਾ ਠੀਕ ਹੁਣ ਜਿੱਥੇ ਉਹ ਸਬੰਧ ਰੱਖਦਾ ਹੈ ਉਹ ਵਚਨ ਉੱਤੇ ਚਾਂਸ ਲੈ ਰਿਹਾ ਹੈ ਉਸੇ ਸਮੇਂ ਇੱਕ ਆਦਮੀ ਜਿਹੜਾ ਸਾਲਾਂ ਤੋਂ ਜਨਾਹਕਾਰੀ ਵਿੱਚ ਪਾਇਆ ਗਿਆ 4 5 ਸਾਲ ਆਖਰਕਾਰ ਉਸ ਨੂੰ ਬਾਹਰ ਕੱਢਣ ਤੋਂ ਬਾਅਦ ਇੱਕ ਚਾਂਸ ਦਿੱਤਾ ਗਿਆ ਇਹ ਆਦਮੀ ਆਇਆ ਤੇ ਦੁਬਾਰਾ ਉਸੇ ਦੁਸ਼ਟਪੁਣੇ ਨੂੰ ਕੀਤਾ ਜਨਾਹਕਾਰੀ ਵਿੱਚ ਰਿਹਾ ਉਹ ਘਰ ਵਿੱਚ ਆਪਣੀ ਪਤਨੀ ਨੂੰ ਸਤਾ ਰਿਹਾ ਹੈ ਹਾਂ ਆਪਣੀ ਪਤਨੀ ਬਾਰੇ ਬੁਰਾ ਬੋਲ ਰਿਹਾ ਹੈ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਬੁਰੀ ਔਰਤ ਹੈ ਓਚੂਟ ਬੋਲਦਾ ਹੈ ਉਹ ਇੱਕ ਪਾਸਟਰ ਬਾਰੇ ਝੂਠ ਬੋਲਾ ਗਿਆ ਕਿ ਉਹ ਪਾਸਟਰ ਪਾਗਲ ਹੈ ਤੇ ਉਹ ਨੰਗਾ ਚੱਲ ਰਿਹਾ ਹੈ ਇਹ ਪਾਗਲਪਨ ਹੈ ਹੁਣ ਉਸ ਨੂੰ ਜ਼ਿਆਦਾ ਪਾਗਲ ਦਿਸਦਾ ਹੈ ਕਿ ਉਹ ਆਪਣਾ ਹਿੱਸਾ ਵਡੇਗਾ ਉਹ ਆਦਮੀ ਇਹਦਾ ਜ਼ਿਆਦਾ ਹੈ ਜਿਵੇਂ ਉਹਨੇ ਲਾਈਨ ਨੂੰ ਪਾਰ ਕਰ ਲਿਆ ਹੈ ਕਫਰ ਬੋਲਣਾ ਕਿ ਉਹਨੇ ਇੱਕ ਸਾਜ਼ਿਸ਼ ਨੂੰ ਜੁਆਇਨ ਕੀਤਾ ਜਿਹੜੀ ਗੈਰ ਜ਼ਿੰਮੇਵਾਰਾਨਾ ਹੈ ਸੋ ਇੱਕ ਪਾਸਟਨ ਲਿਖਿਆ ਤੇ ਕਿਹਾ ਕਿ ਉਹ ਉਸ ਦੇ ਨਾਲ ਪਹਿਚਾਣਿਆ ਗਿਆ ਹੈ ਮੈਂ ਕਿਹਾ ਮੈਂ ਪਹਿਚਾਣਿਆ ਨਹੀਂ ਗਿਆ ਹਾਂ ਇਸ ਕਰਕੇ ਉਹਨਾਂ ਵਿੱਚੋਂ ਇੱਕ ਅਫਸਰ ਨੇ ਲਿਖਿਆ ਤੇ ਇਹ ਆਦਮੀ ਹਰ ਤਰ੍ਹਾਂ ਦਾ ਮੂਰਖਪਣਾ ਲਿਖ ਰਿਹਾ ਹੈ ਹਾਂ ਮੂਰਖਪਣਾ ਕਿ ਇੱਕ ਪਾਸਟਰ ਨਹੀਂ ਲਿਖੇਗਾ ਉਹ ਕਹਿੰਦਾ ਹੈ ਕਿ ਉਹ ਉਸ ਆਦਮੀ ਦੀ ਚਰਵਾਹੀ ਕਰ ਰਿਹਾ ਹੈ ਮੈਨੂੰ ਡਾਊਟ ਹੈ ਕਿ ਉਹ ਪਾਸਟਰ ਹੈ ਉਹ ਉਹਨਾਂ ਦੋ ਆਦਮੀਆਂ ਨਾਲ ਦੋਸਤਾਨਾ ਰਿਹਾ ਜਿਵੇਂ ਕੁਝ ਵੀ ਨਾ ਹੋਵੇ ਉਹ ਪਰਵਾਹ ਨਹੀਂ ਕਰਦਾ ਕਿ ਉਹ ਕੀ ਕਰਦੇ ਹਨ ਉਹ ਆਪਣਾ ਕੰਮ ਕਰਨਾ ਚਾਹੁੰਦਾ ਹੈ ਇਲੈਕਟ੍ਰੋਨਿਕਸ ਤੇ ਹਰ ਕੋਈ ਉਸ ਵਿਚਾਰੇ ਛੋਟੇ ਪਾਸਟਰ ਨੂੰ ਪਾਉਣ ਲਈ ਬਾੜ ਹੈ ਤੇ ਉਹ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਮੈਂ ਉਸ ਆਦਮੀ ਨੂੰ ਵੇਖਣਾ ਨਹੀਂ ਚਾਹੁੰਦਾ ਹਾਂ ਉਸ ਦਾ ਵਿਆਹ ਹਾਈਬ੍ਰਿਡ ਹੈ ਭੈ ਬ੍ਰਾਹਮ ਇਸ ਦੇ ਖਿਲਾਫ ਸੀ ਸੋ ਇਥੇ ਇਹ ਲੋਕ ਉਹ ਕਰ ਰਹੇ ਹਨ ਜੋ ਉਹ ਚਾਹੁੰਦੇ ਹਨ ਕਹਿ ਰਹੇ ਹਨ ਜੋ ਉਹ ਚਾਹੁੰਦੇ ਸਨ ਤੇ ਮੈਂ ਨੌਜਵਨ ਆਦਮੀ ਨੂੰ ਵਾਪਸ ਕੁਝ ਖਤ ਲਿਖੇ ਜਿਹੜੇ ਮੈਨੂੰ ਲਿਖੇ ਹੁੰਦੇ ਮੈਂ ਸਮਝਦਾ ਹਾਂ ਕਿ ਉਹ ਗਏ ਤੇ ਉਹਨਾਂ ਮੇਰੇ ਖਤਾਂ ਦੇ ਬਾਰੇ ਇੱਕ ਵੱਡਾ ਡਰਾਮਾ ਕੀਤਾ ਤੇ ਉਹ ਇੱਕ ਵੱਡੀ ਬੇਦਾਰੀ ਵਿੱਚ ਡਾਂਸ ਕਰਦੇ ਸਨ ਜਿੱਥੇ ਸਾਰੇ ਆਦਮੀ ਇੱਕ ਝੂਠੇ ਨਬੀ ਨੂੰ ਮਿਲਣ ਲਈ ਗਏ ਤੇ ਉਹਨਾਂ ਸ਼ੋਅ ਆਫ ਕੀਤਾ ਸਾਰੇ ਸੇਵਾਦਾਰ ਉਸ ਮੀਟਿੰਗ ਵਿੱਚ ਗਏ ਜਿੱਥੇ ਇੱਕ ਆਦਮੀ ਪ੍ਰਚਾਰ ਕਰਨ ਲਈ ਆਇਆ ਮੈਂ ਉਸ ਦੇ ਬਾਰੇ ਨਹੀਂ ਜਾਣਦਾ ਮੈਂ ਉਸ ਦੇ ਬਾਰੇ ਕੁਝ ਨਹੀਂ ਕਹਾਗਾ ਪਰ ਮੈਂ ਸਮਝਦਾ ਹਾਂ ਉਸ ਵੱਡੇ ਆਦਮੀ ਉਹਨਾਂ ਨਾਲ ਉਹ ਮਿਲ ਗਏ ਮੈਂ ਨਹੀਂ ਜਾਣਦਾ ਉਹ ਮਿਲ ਗਏ ਤੇ ਪਾਸਟਰ ਦੇ ਖਿਲਾਫ ਜਸ਼ਨ ਮਨਾਇਆ ਤੇ ਪਾਸਟਰ ਖਿਲਾਫ ਹੱਸੇ ਬਹੁਤ ਘੱਟ ਉਹ ਜਾਣਦੇ ਹਨ ਕਿ ਉਹ ਆਪਣੀਆਂ ਹੀ ਜਾਨਾਂ ਦੇ ਖਿਲਾਫ ਹੱਸ ਰਹੇ ਸਨ ਉਹਨਾਂ ਦੀਆਂ ਆਪਣੀਆਂ ਜਾਨਾਂ ਉਹ ਆਪਣੀ ਡਾਕਟਰੀਨਸ ਬਾਰੇ ਹੱਸ ਰਹੇ ਸਨ ਤੇ ਉਹ ਨੌਜਵਾਨ ਆਦਮੀ ਮੇਰਾ ਉਸ ਵਿੱਚ ਕੋਈ ਭਰੋਸਾ ਨਹੀਂ ਹੈ ਉਹ ਆਪਣੇ ਛੋਟੇ ਚਰਚ ਦੀਆਂ ਪਾਲਿਸਿਜ਼ ਨੂੰ ਸਮਝਦਾ ਨਹੀਂ ਹੈ ਉਹ ਜਾਣਦਾ ਨਹੀਂ ਹੈ ਕਿ ਨਬੀ ਨੇ ਕੀ ਕਿਹਾ ਹਾਂ ਤੇ ਉਹ ਇਸ ਨੂੰ ਇੱਕ ਡਾਕਟਰੀਨ ਵਜੋਂ ਵਿਸ਼ਵਾਸ ਕਰਦਾ ਹੈ ਉਸ ਤੋਂ ਦੂਰ ਰਹੋ ਹਾਂ ਮੈਂ ਵਚਨ ਉਤੇ ਹਾਂ ਪ੍ਰਚਾਰਕ ਵਚਨ ਉਤੇ ਹਨ ਉਹਨਾਂ ਵਿੱਚੋਂ ਬਹੁਤੇ ਇਕੱਠੇ ਜੁੜੇ ਹਨ ਵਚਨ 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 ਅਸੀਂ ਵਚਨ ਬਾਰੇ ਜਾਣਦੇ ਹਾਂ ਉਹ ਨਬੀਆਂ ਉਸਤਾਦਾਂ ਪ੍ਰਚਾਰਕਾਂ ਬਾਰੇ ਜਾਣਦੇ ਹਨ ਉਹ ਮਾਡਰਨ ਚਾਹੁੰਦੇ ਹਨ ਪਰ ਅਸੀਂ ਪੁਰਾਣੇ ਨਬੀ ਵਿਲੀਅਮ ਬ੍ਰਾਂਹਮ ਦੇ ਪੈਟਰਨ ਦੇ ਮਗਰ ਹਾਂ ਪਰ ਉਹ ਮਾਡਰਨ ਕਲਟਸ ਦੇ ਪੈਟਰਨ ਮਗਰ ਹਨ ਤੇ ਇਹੀ ਹੈ ਜੋ ਹਨ ਕਲਟ ਪ੍ਰਭੂ ਨਬੀ ਨੂੰ ਬles ਕਰੇ ਉਸਦੇ ਲਈ ਤੇਰਾ ਧੰਨਵਾਦ ਤੇਰਾ ਧੰਨਵਾਦ ਹਾਂ ਸਾਨੂੰ ਉਹਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਸੀਂ ਪਰਮੇਸ਼ਰ ਨੂੰ ਵਿੜਾਈ ਦਿੰਦੇ ਹਾਂ ਅਸੀਂ ਉਸ ਨੂੰ ਆਦਰ ਦਿੰਦੇ ਹਾਂ ਅਸੀਂ ਅੱਜ ਧਰਤੀ ਉੱਪਰ ਮਹਾਨ ਨਬੀ ਨੂੰ ਭੇਜਣ ਲਈ ਉਸ ਨੂੰ ਮਹਿਮਾ ਦਿੰਦੇ ਹਾਂ ਜਿਨੇ ਪੰਜ ਮੁਰਦੇ ਜ਼ਿੰਦਾ ਕੀਤੇ ਜਿਨੇ ਲੱਖਾਂ ਅਚੰਬੇ ਕੰਮ ਕੀਤੇ ਜਿਨੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਦਿਲਾਂ ਨੂੰ ਪਰਖਿਆ ਮੈਂ ਕਹਾਂਗਾ ਜਿਦੇ ਕੋਲ ਅਚੰਬਿਆਂ ਦੀ ਕਲਪਨਾ ਨਾ ਕੀਤੇ ਜਾਣ ਵਾਲੀ ਸੇਵਕਾਈ ਸੀ ਮੈਂ ਤੁਹਾਨੂੰ ਅਜਰਾਤ ਸਾਰਾ ਕੁਝ ਨਹੀਂ ਦੱਸ ਸਕਦਾ ਪ੍ਰਭੂ ਲੋਕਾਂ ਨੂੰ ਬles ਕਰੇ ਤੇ ਮਾਸੂਮਾਂ ਨੂੰ ਛੁਟਕਾਰਾ ਦੇਵੇ ਜਿਹੜੇ ਇਹਨਾਂ ਅਮਨੁੱਖਾਂ ਦੇ ਮਗਰ ਚੱਲ ਰਹੇ ਹਨ ਆਮੀਨ